ਭਗਵੰਤ ਮਾਨ ਸਰਕਾਰ ਦੇ ਰਾਜ ਵਿੱਚ ਧੱਕਾ ਹੋ ਰਿਹਾ ਹੈ ਭਗਵੰਤ ਮਾਨ ਦੀ ਰਾਜ ਦੇ ਸਰਕਾਰ ਦੇ ਵਿੱਚ ਲਾਪਤਾ ਹੋਏ ਪੁੱਤ ਦੇ ਮਿਲਣ ਦੀ ਕੋਈ ਉਮੀਦ ਨਹੀਂ ਇਸ ਗਰੀਬ ਬਾਪ ਨੂੰ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚ ਪਿਤਾ ਨੇ ਕੀਤਾ ਕੱਪੜੇ ਉਤਾਰ ਕੇ ਰੋਸ ਪ੍ਰਦਰਸ਼ਨ ਤਸਵੀਰਾਂ ਲੁਧਿਆਣੇ ਵਿਖੇ ਪੁਲਿਸ ਕਮਿਸ਼ਨਰ ਦਫ਼ਤਰ ਦੀਆਂ ਸਾਹਮਣੇ ਆ ਰਹੀਆਂ ਹੈ ਜਿੱਥੇ ਇੱਕ ਪਿਤਾ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਕੱਪੜੇ ਉਤਾਰ ਕੇ ਵਜ੍ਹਾ ਦੱਸੀ ਜਾ ਰਹੀ ਹੈ ਕਿ ਕਾਫੀ ਦਿਨਾਂ ਤੋਂ ਪੁੱਤਰ ਗਾਇਬ ਸੀ ਕੋਈ ਮਾਮਲਾ ਦਰਜ ਨਹੀਂ ਕੀਤਾ ਜਾ ਰਿਹਾ ਬਲਕਿ ਅਲੱਗ-ਅਲੱਗ ਥਾਣਿਆਂ ਵਿੱਚ ਗੇੜੇ ਲਗਵਾਏ ਜਾ ਰਹੇ ਨੇ ਚੱਕਰ ਕਢਵਾਏ ਜਾ ਰਹੇ ਨੇ ਤੇ ਨਾਲ ਹੀ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਇੱਕ ਗਰੀਬ ਇਨਸਾਨ ਨਾਲ ਇੱਕ ਆਮ इंसान ਦੇ ਨਾਲ ਤੇ ਨਾਲ ਹੀ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਜਿਹੜੀ ਹੈ ਬਦਤਮੀਜ਼ੀ ਕੀਤੀ ਗਈ ਹੈ ਇਸ ਪਿਤਾ ਵੱਲੋਂ ਮੀਡੀਆ ਅੱਗੇ ਆ ਕੇ ਦੱਸਿਆ ਗਿਆ ਕਿ ਮੇਰਾ ਬੇਟਾ 13 ਜੂਨ ਦਾ ਗਾਇਬ ਹੈ ਬੈਂਕ ਚ ਪੈਸੇ ਜਮ੍ਹਾਂ ਕਰਾਉਣ ਵਾਸਤੇ ਗਿਆ ਸੀ ਜਿਸ ਤੋਂ ਬਾਅਦ ਉਸਦਾ ਹਜੇ ਤੱਕ ਕੁਝ ਪਤਾ ਨਹੀਂ ਲੱਗਿਆ ਪੁਲਿਸ ਵੱਲੋਂ ਕੋਈ ਵੀ ਮਦਦ ਨਹੀਂ ਕੀਤੀ ਜਾ ਰਹੀ ਹੈ ਬਲਕਿ ਥਾਣਿਆਂ ਵਿੱਚ ਚੱਕਰ ਲਗਵਾਏ ਜਾ ਰਹੇ ਨੇ ਤੇ ਨਾਲ ਹੀ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ उन्होंने ये भी किया कि भगवंत मान की सरकार विच धक्का हो रहा है गरीब लोगों के नाल इंसाफ नहीं मिल रहा है ਮੈਨੂੰ ਬਾਹਰ ਬਿਠਾਤਾ ਜੀ ਪੁਲਿਸ ਵਾਲਿਆਂ ਨੇ ਕਹਿੰਦੇ ਬਾਹਰ ਬੈਠੋ ਜੀ ਅੰਦਰ ਨਹੀਂ ਬਹਿਣਾ ਤੁਸੀਂ ਕੱਪੜੇ ਮੈਂ ਬਾਹਰ ਆ ਕੇ ਕੱਪੜੇ ਲਾਏ ਨੇ ਮੈਨੂੰ ਮਜਬੂਰ ਕੀਤਾ ਗਿਆ ਪੁਲਿਸ ਮੈਨੂੰ ਇਨਸਾਫ ਨਹੀਂ ਦਵਾਰੀ ਜੀ ਕਾਰਨ ਇਹ ਸੀਗਾ ਜੀ ਮੇਰਾ ਮੁੰਡਾ 13 ਤਰੀਕ ਦਾ ਗੁੰਮ ਹੋਇਆ ਜੀ ਰਿਕਵਰੀ ਦਾ ਕੰਮ ਕਰਦਾ ਸੀਗਾ ਮੈਂ ਡਾਬੇ ਥਾਣੇ ਜਾਣਾ ਰਿਪੋਰਟ ਲਿਖਾਉਣ ਵਾਸਤੇ ਡਾਬੇ ਥਾਣੇ ਵਾਲੇ ਸ਼ਮਲਾਪੁਰੀ ਭੇਜ ਦਿੰਦੇ ਆ ਸ਼ਮਲਾਪੁਰੀ ਵਾਲੇ ਡਾਬੇ ਥਾਣੇ ਡਾਬੇ ਥਾਣੇ ਦਾ ਮੁਨਸ਼ੀ ਮੰਜੇ ਤੇ ਸੁੱਤਾ ਪਿਆ ਮੈਨੂੰ ਸਵਾਲ ਕਰਦਾ ਤੂੰ ਕਿੱਥੋਂ ਆਇਆ ਮੈਂ ਉਹਨੂੰ ਕਿਹਾ ਵੀ ਮੈਂ ਆਜ਼ਾਦ ਨਗਰ ਤੋਂ ਆਜ਼ਾਦ ਨਗਰ ਕਿਹੜੇ ਥਾਣੇ 'ਚ ਪੈਂਦਾ ਮੈਂ ਕਿਹਾ ਜੀ ਡਾਬੇ ਦੇ ਵਿੱਚ ਤੈਨੂੰ ਕਿਵੇਂ ਪਤਾ ਆਜ਼ਾਦ ਨਗਰ ਡਾਬੇ ਥਾਣੇ ਦੇ ਵਿੱਚ ਪੈਂਦਾ ਸ਼ਮਲਾਪੁਰੀ 'ਚ ਪੈਂਦਾ ਉੱਥੇ ਜਾ ਕੇ ਰਿਪੋਰਟ ਲਿਖਾ ਮੈਨੂੰ ਇਹ ਦਬਕੇ ਮਾਰ ਕੇ ਸ਼ਮਲਾਪੁਰੀ ਥਾਣੇ ਭੇਜ ਦਿੰਦਾ ਸ਼ਮਲਾਪੁਰੀ ਥਾਣੇ ਵਾਲਾ ਡਾਬੇ ਭੇਜ ਦਿੰਦਾ ਕੋਈ ਸੁਣਵਾਈ ਨਹੀਂ ਹੋ ਰਹੀ 13 ਤਰੀਕ ਦਾ ਮੇਰਾ ਮੁੰਡਾ ਗੁੰਮ ਹੈ ਜੀ 13 ਤਰੀਕ ਦਾ ਮੁੰਡਾ ਮੇਰਾ ਗੁੰਮ ਹੈ 6ਵੇਂ ਮਹੀਨੇ ਦੀ ਤੇ ਆਪਣੇ 94,000 ਰੁਪਏ ਉਹਦੇ ਕੋਲ ਹੈ ਉਹ ਬੈਂਕ ਨੂੰ ਪੇਮੈਂਟ ਜਮ੍ਹਾਂ ਕਰਾਉਣ ਜਾਂਦਾ ਰਸਤੇ 'ਚ ਗੁੰਮ ਹੋ ਜਾਂਦਾ ਉਹਦਾ ਕੋਈ ਪਤਾ ਨਹੀਂ ਲੱਗਦਾ ਚਾਹੇ ਮੇਰਾ ਮੁੰਡਾ ਪੇਮੈਂਟ ਲੈ ਕੇ ਭੱਜਿਆ ਜਾਂ ਕੋਈ ਉੱਤ ਹਾਦਸਾ ਹੋਇਆ ਘੱਟੋ ਘੱਟ ਬੰਦੇ ਦੀ ਰਿਕਵਰੀ ਕੀਤੀ ਜਾਵੇ ਬੰਦਾ ਹੈ ਕਿੱਥੇ ਜੀ ਲੋਕੇਸ਼ਨ ਦੇਖੀ ਜਾਵੇ ਪੁਲਿਸ ਕੋਈ ਕੰਮ ਨਹੀਂ ਕਰ ਰਹੀ ਕੋਈ ਇਨਸਾਫ ਦਿਵਾਉਣ ਦੀ ਗੱਲ ਨਹੀਂ ਕਰ ਰਹੀ ਅਜੇ ਤੱਕ ਮੇਰੇ ਨਾਲ ਧੱਕਾ ਹੀ ਹੋ ਰਿਹਾ ਤੇ ਮੈਨੂੰ ਤਾਂ ਹੁਣ ਆਪਣੀ ਜਾਨ ਦਾ ਵੀ ਖਤਰਾ ਬਣ ਗਿਆ ਪੰਜਾਬ ਪੁਲਿਸ ਤੋਂ ਕਿ ਮੈਨੂੰ ਵੀ ਨਾ ਮਰਵਾ ਦਿੱਤਾ ਜਾਵੇ ਜੀ ਕਿੰਨੇ ਵਜੇ ਗਏ ਸੀ ਤੁਸੀਂ ਇੱਥੇ ਆ ਜਾਏ ਸੀ ਇੱਥੇ ਆ ਕੇ ਤੁਸੀਂ ਅੱਜ ਕੀਤਾ ਕੀ ਕੀਤਾ ਕੀ ਜੀ ਮੈਂ ਕੱਪੜੇ ਲਾ ਕੇ ਅੰਦਰ ਜਾਣ ਲੱਗਾ ਕਮਿਸ਼ਨਰ ਦੇ ਤੇ ਇੱਕ ਬਾਹਰ ਗਨਮੈਨ ਖੜਾ ਸੀ ਉਹਨੇ ਮੈਨੂੰ ਬਾਹਰ ਬੈਠਣ ਲਈ ਕਹਿਤਾ ਮੈਂ ਕੱਪੜੇ ਲਾ ਕੇ ਆਪਣਾ ਬਾਹਰ ਬਹਿ ਗਿਆ ਧੁੱਪ ਦੇ ਵਿੱਚ ਜੀ ਪਰ ਫਿਰ ਬਾਅਦ ਦੇ ਵਿੱਚ ਜਦੋਂ ਕਮਿਸ਼ਨਰ ਸਾਹਿਬ ਆਏ ਮੈਨੂੰ ਕਮੀਜ਼ ਪਵਾਤਾ ਉਹਨਾਂ ਨੇ ਪਵਾ ਕੇ ਕਹਿੰਦੇ ਵੀ ਅਸੀਂ ਤੁਹਾਨੂੰ ਇਨਸਾਫ ਦਿਵਾਵਾਂਗੇ ਹੁਣ ਮੈਂ ਅੰਦਰ ਬੈਠਾ ਹੋਇਆ ਅਜੇ ਤੱਕ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ ਜੀ ਗੱਲ ਹੋਈ ਕਮਿਸ਼ਨਰ ਸਾਹਿਬ ਨੇ ਅੰਦਰ ਤੁਹਾਨੂੰ ਬੁਲਾਇਆ ਅੰਦਰ ਮੈਨੂੰ ਬੁਲਾਇਆ ਸੀ ਪੁੱਛਿਆ ਸੀਗਾ ਕੀ ਗੱਲਬਾਤ ਹੋਈ ਹੈ ਮੈਨੂੰ ਸਾਰੀ ਡਿਟੇਲ ਦੱਸੀ ਵੀ ਇਦਾਂ ਇਦਾਂ ਮੇਰਾ ਮੁੰਡਾ ਗੁੰਮ ਹੋਇਆ ਤੇ ਮੈਨੂੰ ਕਹਿੰਦੇ 10 ਮਿੰਟ ਬੈਠੋ ਅਸੀਂ ਥਾਣੇ ਵਾਲਿਆਂ ਨੂੰ ਇੱਥੇ ਬੁਲਾਉਂਦੇ ਆ ਅਜੇ ਤੱਕ ਕੋਈ ਥਾਣੇ ਵਾਲਾ ਆਇਆ ਕੋਈ ਕੁਛ ਨਹੀਂ ਆਇਆ ਮੈਨੂੰ ਬੈਠੇ ਨੂੰ ਲਗਭਗ ਇੱਥੇ ਆਏ ਨੂੰ 1 ਘੰਟੇ ਤੋਂ ਉੱਪਰ ਹੋ ਚੱਲਿਆ ਜੀ ਸਵੇਰ ਦਾ ਆਇਆ ਮੰਗ ਇਹੀ ਕਰਦਾ ਮੈਨੂੰ ਇਨਸਾਫ ਦਵਾਇਆ ਜਾਵੇ ਮੇਰਾ ਮੁੰਡਾ ਜਿਉਂਦਾ ਚਾਹੇ ਮਰਿਆ ਮੈਨੂੰ ਉਹ ਦਵਾਇਆ ਜਾਵੇ ਮੇਰਾ ਮੁੰਡਾ ਹੈ ਕਿੱਥੇ ਮੈਨੂੰ ਤਾਂ ਅਜੇ ਤੱਕ ਕੋਈ ਉਮੀਦ ਨਹੀਂ ਬਣੀ ਜੀ ਕੋਈ ਇਨਸਾਫ ਮਿਲ ਜੂਗਾ ਪੰਜਾਬ ਪੁਲਿਸ ਤੋਂ ਜੇਕਰ ਮੇਰੀ ਪੰਜਾਬ ਪੁਲਿਸ ਨਾਲ ਬਹਿਣੀ ਉੱਠਣੀ ਹੁੰਦੀ ਮੈਂ ਪੰਜਾਬ ਪੁਲਿਸ ਨਾਲ ਬਹਿ ਕੇ ਸ਼ਰਾਬਾਂ ਪੀਂਦਾ ਹੁੰਦਾ ਤਾਂ ਫਿਰ ਮੈਨੂੰ ਇਨਸਾਫ ਮਿਲ ਜਾਣਾ ਸੀਗਾ ਪੰਜਾਬ ਪੁਲਿਸ ਇਨਸਾਫ ਸਿਰਫ ਉਹਨਾਂ ਨੂੰ ਹੀ ਦਿੰਦੀ ਹੈ ਜਿਹੜੇ ਇਹਨਾਂ ਨਾਲ ਬਹਿੰਦੇ ਉੱਠਦੇ ਨੇ ਮੈਂ ਕੰਮ ਅਖਬਾਰਾਂ ਵੇਚਦਾ 35 ਸਾਲ ਤੋਂ ਲੁਧਿਆਣੇ ਦੇ ਵਿੱਚ ਜੀ ਪਰ ਮੈਨੂੰ ਕੋਈ ਇਨਸਾਫ ਦੀ ਉਮੀਦ ਨਹੀਂ ਜਾਗ ਰਹੀ ਮੈਂ ਇੱਕ ਸ਼ਰੀਫ ਬੰਦਾ ਸ਼ਰੀਫ ਨਾਗਰਿਕ ਹਾਂ ਪਰ ਗਰੀਬਾਂ ਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਧੱਕਾ ਹੋ ਰਿਹਾ ਹੈ ਭਗਵੰਤ ਮਾਨ ਦੀ ਰਾਜ ਦੇ ਸਰਕਾਰ ਦੇ ਵਿੱਚ ਲੁਧਿਆਣਾ ਤੋਂ ਲਲਿਤ ਕਾਲੜਾ ਦੇ ਨਾਲ ਸੁਰਿੰਦਰ ਸੋਨੀ ਦੀ ਰਿਪੋਰਟ ਮਰਦਾਨਾ ਕਮਜ਼ੋਰੀ ਦੂਰ ਕਰਨ ਦੇ ਮਾਹਿਰ ਤਾਕਤ ਜੋਸ਼ ਅਤੇ ਜਵਾਨੀ ਦੀ ਆਖਰੀ ਉਮੀਦ ਕਦੋਂ ਤੱਕ ਗੁਪਤ ਰੋਗਾਂ ਨੂੰ ਬਚਾਉਂਦੇ ਰਹੋਗੇ ਅਨੇਕ ਡਾਕਟਰਾਂ ਹਕੀਮਾਂ ਤੋਂ ਪੁੜੀਆਂ ਖਾ ਕੇ ਤੰਗ ਆ ਚੁੱਕੇ ਹੋ ਨਿਰਾਸ਼ ਹੋ ਚੁੱਕੇ ਹੋ ਪਰੇਸ਼ਾਨ ਰੋਗੀ ਅੱਜ ਹੀ ਸੰਪਰਕ ਕਰਨ ਉਮਰ ਹੋਵੇ 25 ਜਾਂ 80 ਹੁਣ ਹੋਵੇਗਾ ਪੱਕਾ ਇਲਾਜ ਦਰ ਦਰ ਨਾ ਭਟਕੋ ਕਾਂਤ ਸ਼ਿਗਰ ਪਤਨ ਘੱਟ ਸ਼ਕਰਾਣੂ ਸੁਪਨ ਦੋਸ਼ ਨਾ ਮਰਦੀ ਮਰਦਾਨਾ ਕਮਜ਼ੋਰੀ ਇੱਕ ਵਾਰ ਜ਼ਰੂਰ ਅਜ਼ਮਾਓ ਮੈਂ ਵਾਅਦਾ ਕਰਦਾ ਹਾਂ ਤੁਸੀਂ ਨਿਰਾਸ਼ ਨਹੀਂ ਹੋਵੋਗੇ ਵਰਮਾ ਦਵਾਖਾਨਾ ਨੀਅਰ ਨਾਈਆਂ ਵਾਲਾ ਚੌਂਕ ਫਗਵਾੜਾ ਮੋਬਾਈਲ ਨੰਬਰ 9850 6476 98144 98170